ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚੇ ਬਾਬਾ ਸ਼ਿਸ਼ਨ ਜੀ ਦੇ ਗੁਰਦੁਆਰਾ ਸਾਹਿਬ, ਜੋ ਕਿ ਆਪ ਜੀ ਨੂੰ ਅਸੀਂ ਦਰਸ਼ਨ ਕਰਾਉਂਦੇ ਹਾਂ। ਇਹ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਹੈਗਾ ਗੁਰਦੁਆਰਾ ਸਾਹਿਬ, ਅਤੇ ਕਿਸੇ ਨੂੰ ਨਹੀਂ ਪਤਾ ਕਿ ਬਾਬਾ ਸ਼ਿਸ਼ਨ ਜੀ ਮਹਾਰਾਜ ਇੱਥੇ ਆਏ ਸੀ। ਇਹ ਇਸ ਮਤਲਬ ਇੱਥੋਂ ਦਾ ਕੌਤ ਗਿਆ ਜਦੋਂ ਲੰਮੀ ਬਾਂਹ ਕਰਕੇ ਫਿਰ ਬੱਚੇ ਨੂੰ ਲਾ ਰਹੇ। ਹਾਂਜੀ ਹਾਂਜੀ, ਮਾਰੀ ਆ ਅਤੇ ਭਾਈ ਕਮਲੀਆ ਜੀ ਬੈਠੇ ਨੇ। ਭਾਈ ਕਮਲੀਆ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਸਮਾਧੀ ਦੇ ਵਿੱਚ ਬੈਠੇ ਹੋ, ਵੀਰ ਤੁਹਾਡਾ ਲੇਖਾ ਦੇਣ ਚਲੇ ਗਿਆ, ਉਹ ਬੱਚਾ ਵੀ ਨਾਲ ਲੈਣ ਦਾ, ਇਹ ਬੱਚਾ ਧਰਮ ਚੰਦ। ਹੁਣ 3 ਦਿਨ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਬੱਚਾ ਰਿਹਾ ਵਾ, ਅਤੇ ਫਿਰ 3ਰੇ ਪੈਰ ਜਦੋਂ ਫਿਰ ਇਹ ਰੋਇਆ ਅਤੇ ਉਹ ਦੁੱਧ ਮੰਗਿਆ ਉਹਨੇ, ਅਤੇ ਬਾਬਾ ਜੀ ਆਖਣ ਲੱਗੇ ਵੀ ਹੁਣ ਕਿੱਦਾਂ ਕਰੀਏ। ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ ਚੈਨਲ। ਆਈ ਹੋਪ ਸਭ ਬੜੀ ਹੋਗੇ, ਕੈਂਟ ਹੋਗੇ, ਮੇਰੀ ਵੀਡੀਓ ਕਾ ਆਨੰਦ ਮਾਣ ਰਹੇ ਹੋਗੇ। ਅੱਜ ਹਮ ਆਪਕੋ ਲੈ ਕੇ ਚਲਤੇ ਹੈ ਯਹਾਂ ਸੇ ਡੇਰਾ ਬਾਬਾ ਨਾਨਕ ਜੀ ਕੇ ਗੁਰਦੁਆਰਾ ਸਾਹਿਬ, ਆਓ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ। ਸਭ ਤੋਂ ਪਹਿਲਾਂ ਇੱਕ ਹੋਰ ਚੀਜ਼ ਆਪ ਜੀ ਨੂੰ ਮੈਂ ਦੱਸਦਾ ਵਾਂ, ਇਹ ਦੇਖੋ ਕਿੰਨੀ ਵਧੀਆ ਸੀ ਜਗ੍ਹਾ, ਕਿੰਨੀ ਦੀ ਵਧੀਆ ਜੀ ਜਗ੍ਹਾ 'ਤੇ ਅਸੀਂ ਖਲੋਤੇ ਹਾਂ। ਇਹ ਦੇਖੋ, ਉਹ ਸਭ ਤੋਂ ਵੱਡੀ ਗੱਲ ਇੱਕ ਚੀਜ਼ ਦੱਸਾਂ, ਇਹ ਤੁਹਾਨੂੰ ਨਜ਼ਰ ਆ ਰਹੀ ਨਾ ਉੱਪਰ, ਹੈ ਕੀ ਲਾਈਟ ਹੈ, ਇਹ ਸੋਲਰ ਲਾਈਟ ਹੈ, ਸਾਰੀ ਜਗ੍ਹਾ ਸੋਲਰ ਲਾਈਟ ਹੈਗੀ ਹੈ। ਦੇਖੋ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ, ਦੇਖਾ ਇਹ ਸੋਲਰ ਲਾਈਟਸ ਹੈ ਸਾਰੀ। ਔਰ ਮੈਂ ਦੇਖੋ ਕਿੱਥੇ ਖਲੋਤਾ ਵਾਂ, ਇਹ ਦੇਖੋ ਇੰਨੀ ਵਧੀਆ ਵਾਦੀਆਂ ਦੇ ਵਿੱਚ ਮੈਨੂੰ ਕਿਸੇ ਨੇ ਇਨਵਾਈਟ ਕੀਤਾ ਹੋਇਆ ਸੀ, ਤਾਂ ਦੇਖੋ ਕਿਆ ਮਜ਼ਾ ਆ ਰਿਹਾ ਯਾਰ, ਜ਼ਿੰਦਗੀ ਉਹ ਤੋਂ ਐਸੀ ਹੋ ਪਿੰਡੋਂ ਮੈਂ ਪਿੰਡੋਂ ਕੀ ਲਾਈਫ ਜੋ ਹੈ ਨਾ ਭਾਈ, ਇਕਦਮ ਸ਼ੁੱਧ ਹੈ, ਖਾਣਾ ਪੀਣਾ ਕੋਈ ਯੂਰੀਆ ਨਹੀਂ, ਕੋਈ ਇੰਜੈਕਸ਼ਨ ਨਹੀਂ, ਕੋਈ ਕੁਛ ਨਹੀਂ। ਉਹ ਕੋਠੀ ਦੇਖੋ ਕਿੰਨੀ ਵਧੀਆ, ਉਹ ਦੇਖੋ ਕੋਨੇ 'ਤੇ ਦੇਖੋ ਕਿੰਨੀਆਂ, ਕਿੰਨੀ ਵੱਡੀ ਵੱਡੀ ਆ ਕੋਠੀ ਬਣਾਈ, ਕਿੰਨੀ ਕਿੰਨੀ ਵੱਡੀ ਆ, ਰੂਹ ਖੁਸ਼ ਹੋ ਗਈ। ਦੇਖੋ ਬਾਪੂ ਜੀ, ਸਤਿ ਸ਼੍ਰੀ ਅਕਾਲ ਬਾਪੂ ਜੀ, ਕੀ ਹਾਲ ਚਾਲ ਬਾਪੂ ਜੀ? ਕੀ ਕਹਿੰਦੇ ਕਿ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਜਾਣਾ? ਸਿੱਧਾ ਹੀ। ਇੱਥੋਂ ਕਿੰਨੇ ਕਿੰਨੇ ਕਿਲੋਮੀਟਰ ਹੈਗਾ? 13 ਕਿਲੋਮੀਟਰ। ਠੀਕ ਹੈ ਬਾਪੂ ਜੀ, ਧੰਨਵਾਦ। ਤੇ ਅਸੀਂ ਹੁਣ ਹੈਗੇ ਇਸ ਵਕਤ ਕਿਨੌਰ ਵਿੱਚ, ਤੇ ਵਾਹਿਗੁਰੂ ਜੀ ਇੱਥੋਂ 13 ਕਿਲੋਮੀਟਰ ਦੂਰ ਹੈਗਾ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ। ਤੇ ਚਲੋ ਆਪ ਜੀ ਨੂੰ ਅਸੀਂ ਲੈ ਕੇ ਚੱਲਦੇ ਹਾਂ ਤੇ ਦਰਸ਼ਨ ਕਰਾਉਂਦੇ ਹਾਂ, ਤੇ ਖੁਦ ਵੀ ਦਰਸ਼ਨ ਕਰਦੇ ਹਾਂ। ਤੇ ਹੱਥ ਜੋੜ ਲਓ ਤੇ ਵਾਹਿਗੁਰੂ ਵਾਹਿਗੁਰੂ ਜਪੋ। ਤੇ ਰੋਡ ਦੇਖੋ ਬਹੁਤ ਵਧੀਆ ਨੀਟ ਐਂਡ ਕਲੀਨ ਹੈਗੇ ਆ। ਤੇ ਜਿਸ ਕਿਸੇ ਨੇ ਡੇਰਾ ਬਾਬਾ ਨਾਨਕ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਤੇ ਉਹ ਸੰਗਤਾਂ ਦਰਸ਼ਨ ਕਰ ਸਕਦੀਆਂ। ਤੇ ਇੱਕ ਹੋਰ ਬੇਨਤੀ ਹੈ, ਵੱਧ ਤੋਂ ਵੱਧ ਆਪਣੇ ਚੈਨਲਾਂ ਤੇ ਆਪਣੇ ਘਰ ਵਾਲਿਆਂ ਨੂੰ ਵੀਡੀਓ ਸ਼ੇਅਰ ਕਰੋ, ਤੇ ਤਾਂ ਕਿ ਉਹ ਵੀ ਇਸ ਵੀਡੀਓ ਦੇ ਮਾਧਿਅਮ ਨਾਲ ਦਰਸ਼ਨ ਕਰ ਸਕਣ। ਤੇ ਮੇਰੇ ਤੋਂ ਕੋਈ ਭੁੱਲਾ ਚੁੱਕਣਾ ਹੋਵੇ ਤਾਂ ਪਲੀਜ਼ ਮਾਫ ਕਰਿਓ ਆਪਣਾ ਬੱਚਾ ਸਮਝ ਕੇ। ਤੇ ਅਸੀਂ ਹੁਣ 13 ਕਿਲੋਮੀਟਰ ਸਿੱਧੇ ਸਿੱਧੇ ਚੱਲਾਂਗੇ ਭਾਈ। ਬਹੁਤ ਜ਼ਿਆਦਾ ਬਿਹਤਰੀਨ, ਦੇਖੋ ਵਿਊ ਦੇਖੋ, ਇੱਕ ਨੰਬਰ ਵਿਊ ਹੈ, ਬਹੁਤ ਵਧੀਆ ਲੱਗ ਰਿਹਾ। ਹੁਣ ਅਸੀਂ ਬਸ ਪਹੁੰਚਣ ਵਾਲੇ ਹਾਂ ਤੇ ਅੱਗੇ ਬੋਰਡ ਵੀ ਆ ਗਿਆ ਤੇ ਬੋਰਡ ਵਿੱਚ ਪੜ੍ਹਦੇ ਹਾਂ ਕਿ ਕਿੰਨੇ ਕਿਲੋਮੀਟਰ ਹੈ ਕਿੰਨੇ ਕਿਲੋਮੀਟਰ ਨਹੀਂ ਹੈ। ਵੈਲਕਮ ਟੂ ਸ਼੍ਰੀ ਕਰਤਾਰਪੁਰਾ ਸਾਹਿਬ ਕੋਰੀਡੋਰ, ਤੇ ਕੋਰੀਡੋਰ ਸ਼ਾਇਦ ਇੱਥੇ ਹੈ, ਇਸ ਸਾਈਡ ਨੂੰ ਕਹਿ ਰਿਹਾ ਰਾਈਟ ਹੈਂਡ ਸਾਈਡ ਨੂੰ, ਤੇ ਅਸੀਂ ਜਾਣਾ ਤੇ ਸਿੱਧਾ ਹੀ ਹੈ। ਤੇ ਦੇਖੋ ਕਿੰਨਾ ਵਧੀਆ ਏਰੀਆ, ਦੇਖੋ ਦੇਖੋ ਕਿੰਨਾ ਬਹੁਤ ਹੀ ਵੱਡਾ ਬਣਾ ਰੱਖਿਆ ਇਹਨਾਂ ਨੇ 8 ਲੈਨ ਵਾਲਾ। ਦੇਖੋ ਇਹ ਹੈਗਾ ਸ਼ਾਇਦ ਕੋਰੀਡੋਰ, ਉਹ ਲਿਖਿਆ ਨਾ ਗੁਰੂ ਨਾਨਕ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚੇ ਬਾਬਾ ਸ਼ਿਸ਼ਨ ਜੀ ਦੇ ਗੁਰਦੁਆਰਾ ਸਾਹਿਬ, ਜੋ ਕਿ ਆਪ ਜੀ ਨੂੰ ਅਸੀਂ ਦਰਸ਼ਨ ਕਰਾਉਂਦੇ ਹਾਂ। ਇਹ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਹੈਗਾ ਗੁਰਦੁਆਰਾ ਸਾਹਿਬ, ਅਤੇ ਕਿਸੇ ਨੂੰ ਨਹੀਂ ਪਤਾ ਕਿ ਬਾਬਾ ਸ਼ਿਸ਼ਨ ਜੀ ਮਹਾਰਾਜ ਇੱਥੇ ਆਏ ਸੀ, ਅਤੇ ਜਦ ਬਾਬਾ ਜੀ ਨੇ ਆਪਣੀ ਲੰਬੀ ਬਾਂਹ ਕੀਤੀ ਸੀ, ਬਾਜੂ ਕੀਤੀ ਸੀ, ਅਤੇ ਆਪਣੇ ਭਰਾ ਦੇ ਬੇਟੇ ਨੂੰ ਜਦ ਉਹਨਾਂ ਨੇ ਜਦੋਂ ਜਾ ਰਹੇ ਸੀ ਸੱਚਖੰਡ ਜਾ ਰਹੇ ਸੀ ਕਿ ਮੈਂ ਜਾ ਕੇ ਦਿਆਉਂਦਾ ਵਾਂ, ਹਿਸਾਬ ਦਿਆਉਂਦਾ ਵਾਂ ਬਾਬਾ ਜੀ ਨੂੰ, ਤਾਂ ਉਹਨਾਂ ਨੇ ਬੱਚੇ ਨੂੰ ਬਾਬਾ ਜੀ ਨੇ ਲੈ ਲਿੱਤਾ ਸੀ ਥੱਲੇ। ਅਤੇ ਇਹ ਗੁਰਦੁਆਰਾ ਸਾਹਿਬ ਹੈ, ਅਤੇ ਬਾਕੀ ਦਾ ਇਤਿਹਾਸ ਤੁਹਾਨੂੰ ਬਾਬਾ ਜੀ ਦੱਸਣਗੇ। ਇਹ ਉਹ ਅਸਥਾਨ ਆ ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਲੰਮੀ ਬਾਂਹ ਕਰਕੇ, ਅਤੇ ਚਾਰ ਡੋਜ਼ਨ ਲੰਮੀ ਬਾਂਹ ਕਰਕੇ ਆਪਣੇ ਭਤੀਜੇ ਧਰਮਚੰਦ ਨੂੰ ਲਾਇਆ। ਅੱਛਾ ਜੀ, ਇਹ ਉਹ ਸਥਾਨ ਹੈ। ਅੱਛਾ, ਇਹ ਉਹ ਸਥਾਨ ਹੈ ਗੁਰੂ ਮਹਾਰਾਜ ਜੀ ਦਾ, ਜਿੱਥੇ ਗੁਰੂ ਮਹਾਰਾਜ ਜੀ ਨੇ ਆਪਣੀ ਲੰਬੀ ਬਾਂਹ ਕਰਕੇ ਅਤੇ ਭਤੀਜੇ ਧਰਮਚੰਦ ਨੂੰ ਧਰਮਚੰਦ ਨੂੰ ਲਾਇਆ ਸੀ। ਇਹ ਚਾਹੀਦੀ ਹੈ ਉਸ ਸਮੇਂ ਦੀ ਜਿਹੜੀ ਬਾਬਾ ਸ਼੍ਰੀ ਚੰਦ ਜੀ ਨੇ ਦਾਤਨ ਕਰਕੇ ਗੱਡੀ ਸੀ, ਅਤੇ ਭਾਈ ਕਮਲੀਆ ਜੀ ਨੇ ਇੱਥੇ ਗੱਡ ਦਿੱਤੀ, ਅਤੇ ਉਹ ਪੇੜ ਮਤਲਬ ਅੱਜ ਕਾਇਮ ਹੋਇਆ। ਅੱਛਾ ਜੀ, ਜਿਹੜੀ ਇਹਨਾਂ ਨੇ ਦਾਤਨ ਕੀਤੀ ਸੀ, ਅਤੇ ਤਦ ਦੇ ਟਾਈਮ 'ਚ ਦਾਤਨ ਕੀਤੀ ਸੀ, ਅਤੇ ਇਹ ਹੁਣ ਪੇੜ ਮਤਲਬ ਪੇੜ ਦੇ ਮੌਜੂਦ ਆ 500 ਸਾਲ ਤੋਂ ਉੱਪਰ ਹੀ ਹੈ। 500 ਸਾਲ 1551 ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਸੁਲਤਾਨਪੁਰ ਲੋਧੀ ਵਿੱਚ, ਉੱਥੋਂ ਫਿਰ ਇੱਥੇ ਆ ਗਿਆ ਅੱਖੋ ਕੇ 40 ਸਾਲ। ਇਹ ਜਿਹੜਾ ਇਹ ਸਥਾਨ ਆ ਨਾ, ਇਹ ਉਸ ਸਮੇਂ ਜਿਹੜੇ ਗੁਰੂ ਨਾਨਕ ਦੇਵ ਦੇ ਸਹੁਰਾ ਸਾਹਿਬ ਸੀ ਮੂਲ ਚੰਦ ਖੱਤਰੀ, ਹਾਂਜੀ ਹਾਂਜੀ, ਉਹ ਇੱਥੇ ਪਟਵਾਰੀ ਲੱਗੇ ਸੀ ਉਸ ਸਮੇਂ ਦੇ। ਅਤੇ ਜਦੋਂ ਪਟਵਾਰੀ ਲੱਗੇ ਸੀ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਰ ਉਦਾਸੀਆਂ ਕਰਕੇ, ਅਤੇ ਜਦੋਂ ਸੁਲਤਾਨਪੁਰ ਲੋਧੀ ਤੋਂ ਚਾਲੇ ਪਾਉਣ ਲੱਗੇ, ਅਤੇ ਭੈਣ ਨਾਨਕੀ ਨੇ ਆਖਿਆ ਵੀ ਵੀਰ ਜੀ, ਤੁਸੀਂ ਤਾਂ ਹੁਣ ਘਰੋਂ ਚੱਲੇ ਹੋ, ਸਾਰੀ ਉਮਰ ਘਰੋਂ ਬਾਹਰ ਰਹੇ ਹੋ, ਅਤੇ ਇਹ ਛੋਟੇ ਛੋਟੇ ਬੱਚੇ ਇਹ ਹੁਣ ਕਿੱਧਰ ਨੂੰ ਜਾਣਗੇ। ਅਤੇ ਫਿਰ ਉਹਨਾਂ ਆਖਿਆ ਵੀ ਇਹ ਆਪਣੇ ਪੱਖੋਂ ਕੇ ਚੱਲ ਜਾਣਗੇ। ਇਹ ਪੱਖੋਂ ਕੇ ਪੁਰਾਤਨ ਰੰਧਾਵਾ ਵਾ ਕਾਗਜ਼ਾਂ ਦਾ ਨਾਂ, ਅਤੇ ਜਿਹੜੇ ਨਵੇਂ ਕਾਗਜ਼ ਨੇ ਉਹ ਪੱਖੋਂ ਕੇ 40 ਸਾਲ ਬਾਬਾ ਜੀ ਦੇ ਨਾਂ 'ਤੇ, ਫਿਰ 40 ਦੇ ਨਾਂ 'ਤੇ ਨਾ ਮੌਜੂਦਾ। ਅੱਛਾ ਜੀ, ਉਹ ਦੂਜੀ ਜਗ੍ਹਾ ਹੈਗੀ ਹੈ। ਹਾਂਜੀ ਠੀਕ ਹੈ ਜੀ। ਜਿਹੜਾ ਜਿਹੜਾ ਬਾਬਾ ਨਾਨਕ ਹੈ ਨਾ, ਹਾਂਜੀ 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 ਹਾਂਜੀ, ਦਰਬਾਰ ਸਾਹਿਬ, ਜਿੱਤ ਰੰਧਾਵੇ ਦਾ ਖੂਹ ਨੇ। ਅੱਛਾ ਜੀ, ਅਤੇ ਇਹ ਜਿਹੜਾ ਸਥਾਨ ਹੈ ਇਹ ਜਿੱਤ ਰੰਧਾਵੇ ਦਾ ਪਿੰਡ ਸੀ ਪਹਿਲਾਂ। ਅੱਛਾ ਜੀ, ਅੱਛਾ ਜੀ, ਅੱਛਾ ਜੀ, ਚੱਲ ਇਹ ਰੰਧਾਵਿਆਂ ਦੇ ਪਿੰਡ ਆ, ਅਤੇ ਜਿਹੜਾ ਹੁਣ ਮੌਜੂਦਾ ਇਸ ਵਕਤ ਇਹ 40 ਸਾਲ ਦੇ ਨਾਂ 'ਤੇ ਪੈਂਦਾ ਵਾ, ਪੱਖੋ ਕੇ 40 ਸਾਲ। ਅੱਛਾ ਜੀ, ਜਿਹੜਾ ਬਾਬਾ ਨਾਨਕ ਡੇਰਾ ਦੀ ਅਤੇ ਪੱਖੋ ਕੇ ਦੀ ਜ਼ਮੀਨ ਜਿਹੜੀ ਸਾਂਝੀ ਹੈ, ਇੱਥੇ ਫਿਰ ਬਾਬਾ ਸ਼੍ਰੀ ਚੰਦ ਅਤੇ ਲਖਮੀ ਚੰਦ ਜੀ ਜਦੋਂ ਕੁਛ ਸਿਆਣੇ ਹੋਏ ਆ ਫਿਰ ਇੱਥੇ ਆ ਗਏ ਆ। ਇੱਧਰ ਬਾਬਾ ਲਖਮੀ ਚੰਦ ਜੀ ਰਹਿੰਦੇ ਸੀ, ਅਤੇ ਇੱਧਰ ਬਾਬਾ ਸ਼੍ਰੀ ਚੰਦ ਜੀ ਰਹਿੰਦੇ ਸੀ। ਇੱਥੇ ਫਿਰ ਇੰਨਾ ਬੈਠ ਕੇ ਜਦੋਂ ਕਾਫੀ ਸਮਾਂ ਪਿਆ, ਉਸ ਸਮੇਂ ਫਿਰ ਬਾਬਾ ਜੀ ਨੇ ਇੱਥੇ ਬੈਠ ਕੇ ਲੰਮੀ ਬਾਂਹ ਕਰਕੇ ਆਪਣੇ ਭਤੀਜੇ ਨੂੰ ਲਾਇਆ ਆਕਾਸ਼ 'ਚੋਂ। ਉਹ ਇਤਿਹਾਸ ਇੱਦਾਂ ਸੀ ਕਿ ਪੁਰਾਤਨ ਸਥਾਨ ਮੰਦਿਰ ਬਾਬਾ ਸ਼੍ਰੀ ਚੰਦ ਜੀ। ਠੀਕ ਹੈ ਬਾਬਾ ਜੀ। ਇੱਧਰ ਲਖਮੀ ਚੰਦ ਜੀ ਜਿਹੜੇ ਉਹਨਾਂ ਦੇ ਵੱਡੇ ਭਾਈ ਸਾਹਿਬ ਸੀ ਨਾ, ਛੋਟੇ ਭਾਈ, ਛੋਟੇ ਭਾਈ ਸਾਹਿਬ ਜੀ। ਗੁਰੂ ਨਾਨਕ ਦੇਵ ਜੀ ਦੇ 2 ਬੇਟੇ ਸਨ, ਵੱਡੇ ਬਾਬਾ ਸ਼੍ਰੀ ਚੰਦ ਜੀ, ਛੋਟੇ ਲਖਮੀ ਚੰਦ। ਜਦੋਂ ਫਿਰ ਵੱਡੇ ਹੋਏ ਆ ਅਤੇ ਲਖਮੀ ਚੰਦ ਜੀ ਦੀ ਸ਼ਾਦੀ ਹੋਈ ਦੀ ਸੀ ਉਸ ਸਮੇਂ, ਅਤੇ ਉਹਨਾਂ ਦਾ ਇੱਕ ਬੇਟਾ ਸੀ ਧਰਮ ਚੰਦ ਜੀ। ਇੱਧਰ ਜਿੱਧਰ ਮਹਾਰਾਜ ਪ੍ਰਕਾਸ਼ ਹੈ, ਇਹ ਇਸ ਮਤਲਬ ਇੱਥੋਂ ਦਾ ਕੌਤਕ ਹੈ ਜਦੋਂ ਲੰਮੀ ਬਾਂਹ ਕਰਕੇ ਫਿਰ ਬੱਚੇ ਨੂੰ ਲਾ ਰਹੇ ਨੇ।
ਹਾਂਜੀ ਹਾਂਜੀ ਕਿ ਜਿੱਥੇ ਮਹਾਰਾਜ ਪ੍ਰਕਾਸ਼ ਹੈ ਇੱਥੇ ਲਖਮੀ ਚੰਦ ਜੀ ਰਹਿੰਦੇ ਸੀ ਉਸ ਸਮੇਂ, ਅਤੇ ਗੁਰੂ ਨਾਨਕ ਦੇਵ ਦੇ ਸਹੁਰਾ ਸਾਹਿਬ ਇੱਥੇ ਰਹਿੰਦੇ ਸੀ, ਉਹਨਾਂ ਤੋਂ ਬਾਅਦ ਉੱਧਰ ਸ਼੍ਰੀ ਚੰਦ ਰਹਿੰਦੇ, ਇੱਧਰ ਲਖਮੀ ਚੰਦ ਜੀ ਰਹਿੰਦੇ ਸੀ। ਇੱਕ ਦਿਨ ਲਖਮੀ ਚੰਦ ਜੀ ਗਏ ਆ ਪਾਕਿਸਤਾਨ, ਜਿੱਥੇ ਅੱਜ ਕੱਲ੍ਹ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਨੇ, ਉੱਥੇ ਜਦੋਂ ਗਏ ਆ ਮੱਥਾ ਟੇਕ ਕੇ, ਉੱਥੋਂ ਜਦੋਂ ਵਾਪਸ ਆ ਰਹੇ ਤਾਂ ਇੱਥੇ ਅੱਧੇ ਕਿਲੋਮੀਟਰ 'ਤੇ ਰਾਵੀ ਚੱਲਦੀ ਉਸ ਸਮੇਂ। ਜਦੋਂ ਰਾਵੀ ਚੱਲਦੀ ਸੀ ਤਾਂ ਇਹਨਾਂ ਨੇ ਇੱਕ ਖਰਗੋਸ਼ ਮਾਰਿਆ, ਇੱਕ ਹਰਨ ਮਾਰਿਆ, ਅਤੇ ਇੱਥੇ ਆ ਗਏ ਸਿੱਧੇ ਡੇਰੇ। ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਕਿ ਭਰਾਤਾ ਜੀ, ਉਹਨਾਂ ਜੀਵ ਹੱਤਿਆ ਕੀਤੀ ਆ, ਇਹ ਤੁਹਾਨੂੰ ਲੇਖਾ ਦੇਣਾ ਪੈਣਾ। ਇਹਨਾਂ ਦੀ ਬਹਿਸ ਹੋ ਗਈ, ਆਉਂਦੇ ਵੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਬੇਟੇ ਹਾਂ, ਸਾਨੂੰ ਕੋਈ ਮਤਲਬ ਹਿਸਾਬ ਕਿਤਾਬ ਨਹੀਂ ਦੇਣਾ ਪੈਣਾ। ਅਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਤੁਹਾਨੂੰ ਉੱਥੇ ਸੱਚਖੰਡ ਦੇ ਵਿੱਚ ਇਹ ਸਾਰਾ ਲੇਖਾ ਦੇਣਾ ਪੈਣਾ, ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਪੇਸ਼ ਹੋ ਕੇ ਤੁਹਾਨੂੰ ਦੇਣਾ ਪੈਣਾ ਕਿ ਤੁਹਾਂ ਜੀਵ ਹੱਤਿਆ ਕੀਤੀ। ਉਹ ਉਹਨਾਂ ਦੇ ਮਨ ਦੇ ਵਿੱਚ ਫਿਰ ਪਤਾ ਨਹੀਂ ਕੀ ਵਿਚਾਰ ਆਏ, ਕਹਿੰਦੇ ਕਿ ਅਸੀਂ ਹਾਂਜੀ ਸੱਚਖੰਡ ਦੀ ਸਰ ਚਲੇ ਜਾਂਦੇ ਹਾਂ। ਫਿਰ ਲਖਮੀ ਚੰਦ ਜੀ ਬੈਠੇ ਨੇ, ਉਹ ਸੋਚਦੇ ਰਹੇ ਸੋਚਦੇ, ਉਹਨਾਂ ਆਪਣੀ ਧਰਮ ਪਤਨੀ ਨੂੰ ਲਿਆ ਦੇ ਵੀ ਬੇਟਾ ਕਿੱਥੇ ਆ, ਅਤੇ ਬੇਟਾ ਵੀ ਇੰਨੀ ਜਗ੍ਹਾ 'ਤੇ ਸੀ, ਫਿਰ ਉਹਦੇ ਜੰਗਲ ਦਾ ਰੂਪ ਨਹੀਂ। ਫਿਰ ਉਹ ਬੱਚੇ ਨੂੰ ਲਿਆ, ਬੱਚੇ ਦਾ ਨਾਂ ਧਰਮ ਚੰਦ ਸੀ, ਅੱਜ ਉਹ ਅੱਗੇ ਚੱਲਦੇ ਹਾਂ, ਬੱਚੇ ਦਾ ਨਾਂ ਧਰਮ ਚੰਦ ਸੀ, ਉਸ ਬੱਚੇ ਨੂੰ ਵੀ ਲਿਆ। ਇਹਨਾਂ ਨੇ ਫਿਰ ਇੱਥੋਂ ਬਾਬਾ ਸ਼੍ਰੀ ਚੰਦ ਜੀ ਮੰਦਰ ਦੇ ਵਿੱਚ ਖਲੋ ਕੇ ਉੱਥੇ ਮੱਥਾ ਟੇਕ ਕੇ ਇਹਦੇ ਸੱਚਖੰਡ ਨੂੰ ਇਹਨਾਂ ਉਡਾਰੀ ਮਾਰੀ। ਜਦੋਂ ਸੱਚਖੰਡ ਨੂੰ ਉਡਾਰੀ ਮਾਰੀ ਆ ਤਾਂ ਭਾਈ ਕਮਲੀਆ ਜੀ ਬੈਠੇ ਨੇ, ਭਾਈ ਕਮਲੀਆ ਜੀ ਕਹਿਣ ਲੱਗੇ ਮਹਾਰਾਜ, ਤੁਸੀਂ ਸਮਾਧੀ ਦੇ ਵਿੱਚ ਬੈਠੇ ਹੋ, ਵੀਰ ਤੁਹਾਡਾ ਲੇਖਾ ਦੇਣ ਚਲੇ ਗਿਆ, ਉਹ ਬੱਚਾ ਵੀ ਨਾਲ ਲੈ ਗਿਆ। ਤਾਂ ਉਹ ਫਿਰ ਜਦੋਂ ਬਾਬਾ ਜੀ ਨੇ ਨੇਤਰ ਖੋਲ੍ਹੇ, ਸ਼੍ਰੀ ਚੰਦਰ ਭਗਵਾਨ ਨੇ ਨੇਤਰ ਖੋਲ੍ਹੇ ਦੇ ਸਮੇਂ ਦੇਖਿਆ, ਉਹ ਚਾਰ ਯੋਜਨ ਮਤਲਬ 20 ਮੀਲ ਚਲੇ ਗਏ, ਚਾਰ ਯੋਜਨ ਇਹਨਾਂ ਫਿਰ ਆਪਣੀ ਖੱਬੀ ਬਾਂਹ ਜਿਹੜੀ ਆਕਾਸ਼ ਨੂੰ ਵਧਾਈ, ਅਤੇ ਫਿਰ ਉਹਨਾਂ ਨੂੰ ਆਉਂਦੇ ਵੀ ਸਾਨੂੰ ਬੱਚਾ ਦਿਓ, ਉਹਨਾਂ ਮਨ੍ਹਾ ਕਰਤਾ। ਫਿਰ ਧਰਮ ਪਤਨੀ ਨੇ ਕਿਹਾ ਕਿ ਮਹਾਰਾਜ ਤੁਸੀਂ ਬੱਚਾ ਦਿਓ, ਸਾਡੀ ਇੱਕ ਯਾਦ ਕਰ ਰਹੇਗੀ। ਉਹ ਬੱਚਾ ਆਕਾਸ਼ 'ਚੋਂ ਉਤਾਰ ਰਹੇ ਨੇ, ਸਾਹਮਣੇ ਦੇਖ ਰਹੇ ਹੋ, ਜਦੋਂ ਬੱਚਾ ਆਕਾਸ਼ 'ਚੋਂ ਉਤਾਰ ਰਹੇ ਤਾਂ ਫਿਰ ਉਹ ਬੱਚਾ ਫਿਰ ਹੇਠਾਂ ਲੈਂਦਾ, ਇਹ ਬੱਚਾ ਧਰਮ ਚੰਦ। ਹੁਣ 3 ਦਿਨ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਬੱਚਾ ਰਿਹਾ ਵਾ, ਅਤੇ ਫਿਰ 3ਰੇ ਪੈਰ ਜਦੋਂ ਫਿਰ ਇਹ ਰੋਇਆ ਤਾਂ ਉਹ ਦੁੱਧ ਮੰਗਿਆ ਉਹਨੇ, ਅਤੇ ਬਾਬਾ ਜੀ ਆਖਣ ਲੱਗੇ ਵੀ ਹੁਣ ਕਿੱਦਾਂ ਕਰੀਏ। ਬਾਬਾ ਜੀ ਸਮਾਧੀ 'ਚ ਬੈਠੇ, ਇਹਨਾਂ ਆਪਣੇ ਸੱਜੇ ਪੈਰ ਦਾ ਅੰਗੂਠਾ ਜਿਹੜਾ ਉਹ ਕਰਮੰਡਲ ਜਲ ਲੈ ਕੇ, ਕਰਮੰਡਲ 'ਚੋਂ ਧੋ ਕੇ ਜਲ ਲਿਆ, ਕਰਮੰਡਲ 'ਚੋਂ ਪੈਰ ਧੋਤਾ, ਅੰਗੂਠਾ ਧੋ ਕੇ ਅਤੇ ਬੱਚੇ ਦੇ ਮੂੰਹ 'ਚ ਪਾਤਾ, ਇਹ ਧਰਮ ਚੰਦ ਜੀ ਆ। ਇਹਨਾਂ ਨੇ ਫਿਰ ਦੁੱਧ ਰੱਜ ਕੇ ਪੀਤਾ, ਫਿਰ ਆਸਤੇ ਆਸਤੇ ਇਹਨਾਂ ਦੀ ਪਾਲਣਾ ਪੋਸ਼ਣਾ ਕੀਤੀ, ਫਿਰ ਵੱਡੇ ਹੋਏ ਆ। ਇਹ ਬਾਲਕ ਰੂਪ 'ਚ ਨੇ ਧਰਮ ਚੰਦ ਜੀ, ਇਹ ਫਿਰ ਵੱਡੇ ਹੋ ਗਏ ਧਰਮ ਚੰਦ ਜੀ, ਇਹ ਫਿਰ ਆਸਣ 'ਤੇ ਬੈਠੇ। ਇਹਨਾਂ ਦੀ ਫਿਰ ਭਗਵਾਨ ਬਾਬਾ ਸ਼੍ਰੀ ਚੰਦ ਜੀ ਨੇ ਸ਼ਾਦੀ ਕੀਤੀ ਪਠਾਨਕੋਟ ਸਾਹਿਬ। ਵੱਡਾ ਬੇਟਾ ਇਹਨਾਂ ਦਾ ਮਾਨਕ ਚੰਦ, ਛੋਟਾ ਮੇਰ ਚੰਦ, ਜਿਨ੍ਹਾਂ 'ਤੇ ਅੱਜ ਕੱਲ੍ਹ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਗੁਰਦੁਆਰਾ ਨਾ, ਉਹ ਜਿਹੜੇ ਮਹੰਤ ਨੇ ਬੇਦੀ ਪਰਿਵਾਰ ਨੇ, ਜਿੱਦਾਂ ਬਾਬਾ ਅਨੂਪ ਸਿੰਘ ਜੀ ਆ, ਫਿਰ ਹੋਰ ਵੀ ਹਾਂਜੀ ਬੇਦੀ ਪਰਿਵਾਰ ਨੇ, ਉਹ ਅਲੱਗ ਅਲੱਗ ਫਿਰ ਉਹਨਾਂ ਦਾ ਸਮਾਂ ਮੁਤਾਬਕ ਉੱਥੇ ਚੋਲੇ ਸਾਹਿਬ ਦੇ ਵਿੱਚ ਇੱਕ ਸੁਖਦੇਵ ਸਿੰਘ ਜੀ ਬੇਦੀ ਨੇ ਚੋਲਾ ਸਾਹਿਬ ਵਾਲੇ, ਉਹਨਾਂ ਦਾ ਵੀ ਬਾਰਾ ਮਾਨ ਦੇ ਸਤਿਕਾਰ ਆ ਇਲਾਕੇ 'ਚ, ਅਤੇ ਇਹ ਸਥਾਨ ਮਤਲਬ ਉਹਨਾਂ ਦੇ ਨਾਂ 'ਤੇ ਅੱਜ ਵੀ ਪੂਜਨਯੋਗ ਹੈ। ਇਸ ਜਗ੍ਹਾ ਤੋਂ ਬੇਦੀ ਵੰਸ਼ਾਂ ਦੀ ਜਿਹੜੀ ਨੀਂਹ ਆ ਉਹ ਰੱਖੀ ਆ, ਆਕਾਸ਼ 'ਚੋਂ ਧਰਮ ਚੰਦ ਨੂੰ ਲਾਇਆ, ਅਤੇ ਅੱਗੇ ਜਿਹੜੀ ਬੇਦੀ ਵੰਸ਼ ਉਹ ਚੱਲਣ ਦੀ ਹੈ ਇਸ ਵਾਰ।
ਆਏ ਕਿਸੇ ਇਲਾਕੇ ਦੇ ਵਿੱਚ ਵੀ ਬੇਦੀ ਚਲੇ ਗਏ ਨਾ, ਪਰ ਬਖਸ਼ਿਸ਼ ਇੱਥੋਂ ਕੀਤੀ ਆ ਕਿ ਸਤਿਖੰਡ ਚੋਲਾ ਸਾਹਿਬ ਜਿੱਥੇ ਗੁਰਦੁਆਰਾ ਮੇਨ ਉੱਥੋਂ ਮੁੜ ਕੇ ਸਾਰਾ ਦਰਸ਼ਨ ਦਿਦਾਰੇ ਕਰਨ ਵਾਸਤੇ ਹੁੰਦੇ। ਹੁਣ 16-17 ਪੀਰੀ ਉਹਨਾਂ ਦੀ ਅੰਸ਼ ਜਿਹੜੀ ਹੁਣ ਵੀ ਚੱਲਣ ਦੇ ਜੀ, ਹੁਣ ਵੀ ਚੱਲਦੀ ਮੌਜੂਦ ਆ। ਇਸ ਸਥਾਨ ਤੋਂ ਫਿਰ ਬਾਬਾ ਜੀ ਨੇ ਲੰਮੀ ਬਾਈ ਅਤੇ ਲਖਮੀ ਚੰਦ ਜੀ, ਉੱਧਰ ਸ਼੍ਰੀ ਚੰਦ ਜੀ ਵੱਡੇ ਅਤੇ ਵਾਹਿਗੁਰੂ ਜੀ ਅਸੀਂ ਦੇ ਨਾਲ। ਬਾਬਾ ਸ਼੍ਰੀ ਚੰਦ ਜੀ ਨੇ ਬੁਖਾਰ ਦਿੱਤਾ ਸੀ, ਉਸ ਸਮੇਂ ਦੱਸਦੇ ਸੀ ਕਿ ਬੁਖਾਰ ਸੰਗਤਾਂ ਨੂੰ ਚੜ੍ਹਦਾ ਸੀ ਅਤੇ ਇੱਕ ਸਮੇਂ ਭਾਈ ਕੰਵਲੀਆ ਜੀ ਨੂੰ ਵੀ ਬੁਖਾਰ ਚੜ੍ਹਿਆ ਸੀ। ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਵੀ ਭਗਤਾ ਕੀ ਗੱਲ ਆ, ਉਹਨਾਂ ਮਗਰ ਬੁਖਾਰ ਨਹੀਂ ਹਟਦਾ, ਫਿਰ ਉਹਨਾਂ ਇਸ ਲੱਕੜ ਦੇ ਨਾਲ ਕੀੜ ਕੇ ਬੰਨ ਪਾਏ, ਕਹਿੰਦਾ ਅੱਜ ਤੋਂ ਬਾਅਦ ਕਿਸੇ ਨੂੰ ਤੰਗੀ ਨਹੀਂ ਦੇਣੀ, ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ। ਉਹ ਉਦੋਂ ਦਾ ਕੀ ਲਿਆ, ਹੁਣ ਕੋਈ ਵੀ ਬੁਖਾਰ ਚੌਥਾ ਵਾ ਤਈਆ ਵਾ, ਜਿਨ੍ਹਾਂ ਦਾ ਬੁਖਾਰ ਮੇਨ ਨਹੀਂ ਹਟਦਾ, ਉਹ ਤੁਸੀਂ ਮਿੱਠੀਆਂ ਰੋਟੀਆਂ 2 ਪ੍ਰਸ਼ਾਦੇ ਜਾਂ 5 ਪ੍ਰਸ਼ਾਦੇ ਇੱਕ ਛੁੱਕ ਲਓ ਅਤੇ ਬੁਖਾਰ ਜਿਹੜਾ ਛੁੱਟਿਆ ਲੈਂਦਾ, ਕੋਈ ਪੈਸਾ ਨਹੀਂ, ਕੋਈ ਕੁਛ ਨਹੀਂ, ਫ੍ਰੀ ਸੇਵਾ। ਹਾਂਜੀ, ਗਰੀਬ ਬੱਚਿਆਂ ਦੇ ਬਾਬਾ ਜੀ ਅਤੇ ਬਾਬਾ ਜੀ ਕਹਿੰਦੇ ਕਿ ਇੱਥੇ ਉਹਨਾਂ ਨੂੰ ਬੁਖਾਰ ਚੜ੍ਹਦਾ ਪਿਆ ਸੀ ਅਤੇ ਬੁਖਾਰ ਉਤਰਦਾ ਨਹੀਂ ਪਿਆ ਸੀ, ਅਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਇੱਥੇ ਬੁਖਾਰ ਨੂੰ ਬੰਦ ਦਿੱਤਾ ਸੀ ਕਿ ਕਦੀ ਵੀ ਇੱਥੇ ਉਹਨਾਂ ਦੀ ਪੀੜ੍ਹੀ ਵਿੱਚੋਂ ਕਿਸੇ ਨੂੰ ਵੀ ਔਰ ਸਾਧ ਸੰਗਤ ਨੂੰ ਵੀ ਬੁਖਾਰ ਨਹੀਂ ਹੋਏਗਾ। ਜੇ ਅਗਰ ਕਿਸੇ ਨੂੰ ਵੀ ਬੁਖਾਰ ਹੁੰਦਾ ਜਿਹੜਾ ਨਹੀਂ ਉਤਰਦਾ, ਉਹ ਗੁਰੂ ਮਹਾਰਾਜ ਜੀ ਇੱਥੇ ਆ ਕੇ ਦਰਸ਼ਨ ਕਰੋ, ਮਿੱਠੇ ਪ੍ਰਸ਼ਾਦੇ ਦਾ ਲੰਗਰ ਲੈ ਕੇ ਆਓ, ਮਿੱਠੇ ਪ੍ਰਸ਼ਾਦਿਆਂ ਦਾ ਲੰਗਰ ਲੈ ਕੇ ਆਓ, ਤੁਸੀਂ ਚਾਵਲ ਵੀ ਲੈ ਕੇ ਆ ਸਕਦੇ ਹੋ, ਮਿੱਸੀ ਰੋਟੀਆਂ ਵੀ ਲੈ ਕੇ ਆ ਸਕਦੇ ਹੋ, ਅਰਦਾਸ ਕਰਕੇ ਸੰਗਤ ਨੂੰ ਅਸੀਂ ਪ੍ਰਸ਼ਾਦ ਦਿੰਦੇ ਹਾਂ। ਬਾਬਾ ਜੀ ਕਹਿ ਰਹੇ ਆ ਜੇ ਘਰਾਂ ਦੇ ਵਿੱਚ ਦਓ ਅੱਜ ਕੱਲ੍ਹ ਪ੍ਰਸ਼ਾਦ ਅਤੇ ਅਗਲਿਆਂ ਦੇ ਵੀ ਜਾਦੂ ਟੂਣਾ ਕੀਤਾ ਵਾ, ਇੱਥੇ ਅਰਦਾਸ ਕਰਕੇ ਆਪਾਂ ਸੰਗਤ ਨੂੰ ਵੀ ਦਿੰਦੇ ਹਾਂ, ਆਪ ਵੀ ਛਕਦੇ ਹਾਂ, ਬੜੀ ਮਹਾਨ ਕਿਰਪਾ ਬਾਬਾ ਜੀ ਦੀ। ਹੋਏ ਖਾਲਸਾ ਫਤਿਹ ਬਾਬਾ ਜੀ। ਇਹੀ ਅਰਦਾਸ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ, ਅਤੇ ਇੱਥੇ ਵੱਧ ਤੋਂ ਵੱਧ ਸੰਗਤ ਆਉਣ, ਹਾਜ਼ਰੀਆਂ ਭਰਨ ਅਤੇ ਆਪਣੇ ਜਿਹੜੇ ਕੰਮ ਹੋਣ, ਜਿਹੜੀ ਵੀ ਅਰਦਾਸ ਬੇਨਤੀਆਂ ਕਰਵਾਉਣੀਆਂ ਹੋਣ, ਇੱਥੇ ਆਉਣ ਜੀ ਸੱਦ ਕੇ ਆਉਣ ਅਤੇ ਆਪਣੀ ਅਰਦਾਸ ਪ੍ਰਵਾਨ ਕਰਾਉਣ। ਅਤੇ ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਦੀ ਫਤਿਹ।